ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਪਨੀਰ ਦੀ ਭੁਰਜੀ ਢਾਬਾ ਸਟਾਈਲ, ਅਤੇ ਬੜੀ ਜਲਦੀ ਅਤੇ ਬੜੀ ਈਜ਼ੀ ਰੈਸਪੀ ਹੈ, ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ। ਕਿ ਪਨੀਰ ਦੀ ਭੁਰਜੀ ਆਪਾਂ ਢਾਬਾ ਸਟਾਈਲ ਬਣਾ ਰਹੇ ਹਾਂ, ਅਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ, ਇਹ ਮੈਂ 2 ਚਮਚੇ ਬੇਸਣ ਲਿਆ ਹੈ ਉਹ ਐਡ ਕਰਾਂਗੀ। 1 ਵੱਡਾ ਚਮਚ ਮੈਂ ਦਹੀਂ ਦਾ ਲਿਆ ਹੈ, ਅਤੇ ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਦੇਗੀ ਮਿਰਚ, ਬਿਲਕੁਲ ਥੋੜ੍ਹੀ ਜਿਹੀ ਹਲਦੀ, 1/2 ਚਮਚ ਧਨੀਆ ਪਾਊਡਰ, ਇਹਦਾ ਇੱਕ ਪੇਸਟ ਬਣਾ ਕੇ ਰੱਖ ਲਵਾਂਗੇ, ਫਿਰ ਬਾਕੀ ਤਿਆਰੀ ਆਪਾਂ ਬਾਅਦ ਵਿੱਚ ਕਰਦੇ ਹਾਂ। ਕਿਉਂਕਿ ਢਾਬਾ ਸਟਾਈਲ ਭੁਰਜੀ ਵਿੱਚ ਬੇਸਣ ਜ਼ਰੂਰ ਪਾਉਂਦੇ ਨੇ, ਅਤੇ ਬੇਸਣ ਇਹਦੇ ਵਿੱਚ ਪੈਂਦਾ ਹੈ। ਬਸ ਇਹਦਾ ਇਸ ਤਰ੍ਹਾਂ ਆਪਾਂ ਇੱਕ ਪੇਸਟ ਬਣਾ ਲੈਣਾ ਹੈ, ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ, ਘੋਲ ਲੈਣਾ ਹੈ ਬਿਲਕੁਲ ਸਾਰੇ ਮਸਾਲਿਆਂ ਨੂੰ। ਇਹਨੂੰ ਹੁਣ ਰੱਖਦੇ ਹਾਂ ਜੀ ਆਪਾਂ ਸਾਈਡ 'ਤੇ। ਹੁਣ ਆਉਂਦੇ ਹਾਂ ਜੀ ਇੱਧਰ, ਇਹ ਆਪਾਂ ਪਨੀਰ ਲਿਆ ਹੈ, ਇਹਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਐਂਦੀ ਕੱਦੂਕਸ਼ ਕਰਾਂਗੇ, ਜਾਂ ਤੁਸੀਂ ਇਹਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਅਤੇ ਕੱਦੂਕਸ਼ ਵੀ ਕਰ ਸਕਦੇ ਹੋ। ਜੇ ਤੁਸੀਂ ਇਹਨੂੰ ਕੱਦੂਕਸ਼ ਕਰਨਾ ਹੈ ਤਾਂ ਇਹ ਮੋਟੇ ਪਾਸੇ ਥਾਣੀ ਇਹਨੂੰ ਕਰਨਾ ਹੈ। ਪਨੀਰ ਤੁਸੀਂ ਆਪਣੇ ਅਕੋਰਡਿੰਗ ਦੀ ਮਾਤਰਾ ਲੈ ਸਕਦੇ ਹੋ, 250 ਗ੍ਰਾਮ, 200 ਗ੍ਰਾਮ, 400 ਗ੍ਰਾਮ, ਇਹ ਮੇਰੇ ਕੋਲ 300 ਗ੍ਰਾਮ ਦੇ ਆਸ ਪਾਸ ਪਨੀਰ ਹੈ। ਇਹਨੂੰ ਇਸ ਤਰ੍ਹਾਂ ਆਪਾਂ ਗ੍ਰੇਟ ਕਰ ਲਾਂਗੇ, ਅਤੇ ਫਿਰ ਲਗਾਉਂਦੇ ਹਾਂ ਜੀ ਆਪਾਂ ਤੜਕਾ। ਪਨੀਰ ਨੂੰ ਆਪਾਂ ਕੱਦੂਕਸ਼ ਕਰ ਲਿਆ, ਅਤੇ ਹੁਣ ਲਗਾਉਂਦੇ ਹਾਂ ਜੀ ਆਪਾਂ ਤੜਕਾ। ਤੜਕੇ ਵਾਸਤੇ ਆਪਾਂ 3 ਪਿਆਜ਼ ਲਏ, ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਹੈ, ਅਤੇ 2 ਟਮਾਟਰ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ, ਅਤੇ ਲਸਣ ਅਦਰਕ ਨੂੰ ਮੈਂ ਕੁੱਟ ਕੇ ਲਿਆ, 1 ਚਮਚਾ ਲਸਣ ਅਦਰਕ ਦਾ ਹੈ, ਅਤੇ 2 ਹਰੀਆਂ ਮਿਰਚਾਂ ਉਹਨਾਂ ਨੂੰ ਮੈਂ ਬਰੀਕ ਕੱਟ ਲਿਆ। ਕੜਾਹੀ ਵਿੱਚ ਆਪਾਂ 2 ਚਮਚੇ ਸਰ੍ਹੋਂ ਦਾ ਤੇਲ ਲਿਆ ਹੈ ਜੀ। ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਬਟਰ ਪਾਵਾਂਗੇ, 1 ਚਮਚੇ ਦੇ ਕਰੀਬ ਆਪਾਂ ਬਟਰ ਐਡ ਕੀਤਾ ਹੈ। ਭੁਰਜੀ ਦਾ ਟੇਸਟ ਸਰ੍ਹੋਂ ਦੇ ਤੇਲ ਵਿੱਚ ਬਹੁਤ ਵਧੀਆ ਆਉਂਦਾ ਹੈ। ਤੇਲ ਆਪਣਾ ਗਰਮ ਹੋ ਗਿਆ ਹੈ, ਨਾਲ ਹੀ ਇਹਦੇ ਵਿੱਚ ਬਟਰ ਪਾਇਆ, ਉਹ ਵੀ ਮੈਲਟ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ, ਇਹ 2 ਲਾਲ ਮਿਰਚਾਂ, ਇਹਨਾਂ ਨੂੰ ਮੈਂ ਇਸ ਤਰ੍ਹਾਂ ਤੋੜ ਲਿਆ, ਇਹ ਪਾਵਾਂਗੇ। ਹੁਣ ਇਹਦੇ ਵਿੱਚ ਆਪਾਂ ਜੀਰਾ ਪਾ ਦਾਂਗੇ, 1 ਚਮਚਾ ਮੈਂ ਜੀਰੇ ਦਾ ਲਿਆ ਹੈ, ਜੀਰੇ ਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ। ਹੁਣ ਇਹਦੇ ਨਾਲ ਆਪਾਂ ਇਹ ਲਸਣ, ਨਾਲ ਹੀ ਅਦਰਕ, ਨਾਲ ਹੀ ਹਰੀ ਮਿਰਚ ਪਾ ਦਾਂਗੇ। ਇਹਨਾਂ ਨੂੰ ਹਲਕਾ ਜਿਹਾ ਆਪਾਂ ਕਲਰ ਚੇਂਜ ਕਰਨਾ ਹੈ, ਜ਼ਿਆਦਾ ਨਹੀਂ ਭੁੰਨਣਾ, ਸਿਰਫ ਕੱਚਾਪਨ ਕੱਢਣਾ ਇਹਨਾਂ ਦਾ। ਫਿਰ ਆਪਾਂ ਇਹਦੇ ਵਿੱਚ ਨਾਲ ਹੀ ਪਿਆਜ਼ ਐਡ ਕਰਾਂਗੇ। ਹੁਣ ਇਹਦੇ ਵਿੱਚ ਅਸੀਂ ਕੱਟੇ ਹੋਏ ਪਿਆਜ਼ ਐਡ ਕਰਾਂਗੇ, ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਦੂਕਸ਼ ਵੀ ਕਰ ਸਕਦੇ ਹੋ, ਕੱਟ ਕੇ ਵੀ ਪਾ ਸਕਦੇ ਹੋ। ਪਿਆਜ਼ ਨੂੰ ਆਪਾਂ ਜ਼ਿਆਦਾ ਭੁੰਨਣਾ ਨਹੀਂ ਹੈ, ਕਿ ਜਿਵੇਂ ਬਰਾਊਨ ਕਰਨਾ, ਇਹਨੂੰ ਸਿਰਫ ਆਪਾਂ ਇਹਦਾ ਕੱਚਾਪਨ ਦੂਰ ਕਰਨਾ। ਜਦੋਂ ਹਲਕੇ ਜਿਹੇ ਗੁਲਾਬੀ ਹੋ ਜਾਣਗੇ, ਫਿਰ ਆਪਾਂ ਇਹਦੇ ਵਿੱਚ ਇਹ ਪੇਸਟ ਜੋ ਦਹੀਂ ਤਾਂ ਆਪਾਂ ਤਿਆਰ ਕੀਤੀ ਹੈ, ਦਹੀਂ ਅਤੇ ਬੇਸਣ ਦੀ, ਉਹ ਐਡ ਕਰ ਦਾਂਗੇ। ਪਿਆਜ਼ ਦੇ ਨਾਲ ਥੋੜ੍ਹਾ ਜਿਹਾ ਨਮਕ ਐਡ ਕਰਾਂਗੇ, ਤਾਂ ਕਿ ਪਿਆਜ਼ ਥੋੜ੍ਹਾ ਜਲਦੀ ਆਪਣਾ ਭੁੰਨ ਹੋ ਜਾਵੇ। ਪਿਆਜ਼ ਦਾ ਕਲਰ ਚੇਂਜ ਹੋ ਗਿਆ ਹੈ, ਹੁਣ ਆਪਾਂ ਇਹਦੇ ਵਿੱਚ ਇਹ ਵਾਲਾ ਪੇਸਟ ਜਿਹੜਾ ਕਿ ਆਪਾਂ ਦਹੀਂ ਅਤੇ ਬੇਸਣ ਤੋਂ ਤਿਆਰ ਕੀਤਾ ਹੈ, ਉਹਨੂੰ ਐਡ ਕਰਾਂਗੇ। ਇਹਨੂੰ ਆਪਾਂ ਭੁੰਨਾਂਗੇ, ਫਲੇਮ ਆਪਾਂ ਮੀਡੀਅਮ ਰੱਖਣੀ ਹੈ, ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਹੈ, ਕਿਉਂਕਿ ਆਪਾਂ ਇਹਦੇ ਵਿੱਚ ਦਹੀਂ ਪਾਇਆ, ਨਾਲ ਥੋੜ੍ਹੇ ਮਸਾਲੇ ਐਡ ਕੀਤੇ ਨੇ, ਮਸਾਲੇ ਵੀ ਭੁੱਜ ਜਾਣਗੇ, ਮਸਾਲੇ ਆਪਣੇ ਭੁੱਜ ਗਏ ਨੇ, ਦਹੀਂ ਵੀ ਪੱਕ ਗਿਆ ਹੈ, ਬੇਸਣ ਵੀ ਪੱਕ ਗਿਆ, ਪਹਿਲਾਂ ਤੇਲ ਛੱਡਤਾ ਹੈ, ਅਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਐਡ ਕਰਦੇ ਹਾਂ। ਮਸਾਲਾ ਆਪਣਾ ਤਿਆਰ ਹੈ, ਅਤੇ ਹੁਣ ਆਪਾਂ ਇਹ ਵਾਲੇ ਟਮਾਟਰ ਵਿੱਚ ਐਡ ਕਰਦੇ ਹਾਂ। ਟਮਾਟਰ ਨੂੰ ਹਲਕਾ ਜਿਹਾ ਭੁੰਨ ਲਵਾਂਗੇ, ਫਿਰ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ ਪਕਾਵਾਂਗੇ।
ਟਮਾਟਰ ਵੀ ਆਪਣਾ ਭੁੱਜ ਗਿਆ ਕਿਉਂਕਿ ਭੁਰਜੀ ਵਿੱਚ ਆਪਾਂ ਪਿਆਜ਼ ਟਮਾਟਰ ਨੂੰ ਬਹੁਤਾ ਭੁੰਨਣਾ ਨਹੀਂ ਹੈ, ਥੋੜ੍ਹਾ ਇਹਦੇ ਵਿੱਚ ਕੱਚਾਪਨ ਵੀ ਰੱਖਣਾ। ਹੁਣ ਆਪਾਂ ਇਹਦੇ ਵਿੱਚ ਇਹ ਵਾਲਾ ਪਾਣੀ ਪਾ ਦਾਂਗੇ ਅਤੇ ਥੋੜ੍ਹੀ ਦੇਰ ਇਹਨੂੰ ਪਕਾ ਲਾਂਗੇ। ਨਾਲ ਹੀ ਇਹ ਦੋ ਚਾਰ ਦਾਣੇ ਆਪਾਂ ਚੀਨੀ ਦੇ ਐਡ ਕਰਾਂਗੇ ਕਿਉਂਕਿ ਇਹਦੇ ਵਿੱਚ ਇੱਕ ਤਾਂ ਆਪਾਂ ਟਮਾਟਰ ਪਾਏ ਨੇ, ਇੱਕ ਦਹੀਂ ਪਾਇਆ, ਉਹਨਾਂ ਦੀ ਖਟਾਸ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਚੀਨੀ ਐਡ ਕੀਤੀ ਹੈ। ਇਹ ਆਪਸ਼ਨਲ ਹੀ ਹੈ, ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾਓ, ਜੇ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ। ਹੁਣ ਇਹਨੂੰ ਢੱਕ ਕੇ ਆਪਾਂ ਪਕਾਵਾਂਗੇ, ਫਿਰ ਇਹਦੇ ਵਿੱਚ ਬਾਅਦ ਵਿੱਚ ਆਪਾਂ ਪਨੀਰ ਐਡ ਕਰਾਂਗੇ। ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ। ਲਓ ਜੀ ਹੁਣ ਆਪਾਂ ਦੇਖਦੇ ਹਾਂ ਜੀ, ਆਹ ਦੇਖੋ ਹੁਣ ਇਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਸੁੱਕੀ ਮੇਥੀ ਪਾਵਾਂਗੇ ਕਿਉਂਕਿ ਪਨੀਰ ਦੀ ਭੁਰਜੀ ਵਿੱਚ ਸੁੱਕੀ ਮੇਥੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਅਤੇ ਇਹਨੂੰ ਪਾਉਣਾ ਬਹੁਤ ਹੀ ਜ਼ਰੂਰੀ ਹੈ। ਇਹਨੂੰ ਇਸ ਤਰ੍ਹਾਂ ਤੁਸੀਂ ਹੱਥ ਨਾਲ ਮੈਸ਼ ਕਰਕੇ ਪਾ ਦਿਓ, ਇੱਕ ਦੋ ਸੈਕਿੰਡ ਵਾਸਤੇ ਇਹਨੂੰ ਹਲਕਾ ਜਿਹਾ ਆਪਾਂ ਭੁੰਨ ਲਵਾਂਗੇ। ਟਮਾਟਰ ਵੀ ਆਪਣਾ ਭੁੱਜ ਗਿਆ ਕਿਉਂਕਿ ਭੁਰਜੀ ਵਿੱਚ ਆਪਾਂ ਪਿਆਜ਼ ਟਮਾਟਰ ਨੂੰ ਬਹੁਤਾ ਭੁੰਨਣਾ ਨਹੀਂ ਹੈ, ਥੋੜ੍ਹਾ ਇਹਦੇ ਵਿੱਚ ਕੱਚਾਪਨ ਵੀ ਰੱਖਣਾ। ਹੁਣ ਆਪਾਂ ਇਹਦੇ ਵਿੱਚ ਇਹ ਵਾਲਾ ਪਾਣੀ ਪਾ ਦਾਂਗੇ ਅਤੇ ਥੋੜ੍ਹੀ ਦੇਰ ਇਹਨੂੰ ਪਕਾ ਲਾਂਗੇ। ਨਾਲ ਹੀ ਇਹ ਦੋ ਚਾਰ ਦਾਣੇ ਆਪਾਂ ਚੀਨੀ ਦੇ ਐਡ ਕਰਾਂਗੇ ਕਿਉਂਕਿ ਇਹਦੇ ਵਿੱਚ ਇੱਕ ਤਾਂ ਆਪਾਂ ਟਮਾਟਰ ਪਾਏ ਨੇ, ਇੱਕ ਦਹੀਂ ਪਾਇਆ, ਉਹਨਾਂ ਦੀ ਖਟਾਸ ਨੂੰ ਬੈਲੈਂਸ ਕਰਨ ਵਾਸਤੇ ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਚੀਨੀ ਐਡ ਕੀਤੀ ਹੈ। ਇਹ ਆਪਸ਼ਨਲ ਹੀ ਹੈ, ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾਓ, ਜੇ ਨਹੀਂ ਪਾਉਣਾ ਚਾਹੁੰਦੇ ਤਾਂ ਨਾ ਪਾਓ। ਹੁਣ ਇਹਨੂੰ ਢੱਕ ਕੇ ਆਪਾਂ ਪਕਾਵਾਂਗੇ, ਫਿਰ ਇਹਦੇ ਵਿੱਚ ਬਾਅਦ ਵਿੱਚ ਆਪਾਂ ਪਨੀਰ ਐਡ ਕਰਾਂਗੇ। ਮਸਾਲਾ ਆਪਣਾ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਦੇ ਵਿੱਚ ਪਨੀਰ ਪਾਉਂਦੇ ਹਾਂ। ਜਦੋਂ ਵੀ ਤੁਸੀਂ ਪਨੀਰ ਦੀ ਕੋਈ ਵੀ ਸਬਜ਼ੀ ਬਣਾਉਣੀ ਹੈ, ਪਨੀਰ ਨੂੰ ਤੁਸੀਂ ਇੱਕ ਘੰਟਾ ਪਹਿਲਾਂ ਹੀ ਫਰਿੱਜ ਚੋਂ ਬਾਹਰ ਕੱਢ ਕੇ ਰੱਖ ਲੈਣਾ ਹੈ ਅਤੇ ਫਿਰ ਸਬਜ਼ੀ ਬਹੁਤ ਵਧੀਆ ਬਣਦੀ ਹੈ। ਇਹਨੂੰ ਆਪਾਂ ਇਹਦੇ ਵਿੱਚ ਪਾ ਕੇ ਮਿਕਸ ਕਰ ਦੇਵਾਂਗੇ। ਹਾਂ ਦੇਖੋ ਜੀ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਨਾਲ ਇਹਦੇ ਥੋੜ੍ਹੀ ਜਿਹੀ ਆਪਾਂ ਕਾਲੀ ਮਿਰਚ ਪਾਵਾਂਗੇ। ਖੁਸ਼ਬੂ ਬਹੁਤ ਸੋਹਣੀ ਆਉਣ ਡਈ ਹੈ ਸਬਜ਼ੀ ਦੀ। ਨਾਲ ਹੀ ਇਹਦੇ ਥੋੜ੍ਹਾ ਜਿਹਾ ਆਪਾਂ ਧਨੀਆ ਪਾ ਦਾਂਗੇ, ਥੋੜ੍ਹਾ ਜਿਹਾ ਗਰਮ ਮਸਾਲਾ, ਅੱਧੇ ਚਮਚੇ ਤੋਂ ਵੀ ਘੱਟ ਗਰਮ ਮਸਾਲਾ ਐਡ ਕਰਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਰੰਗ ਦੇਖੋ ਸਬਜ਼ੀ ਦਾ ਕਿੰਨਾ ਸੋਹਣਾ ਆਇਆ ਹੈ। ਬਿਲਕੁਲ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਮੀਡੀਅਮ ਫਲੇਮ 'ਤੇ 5-7 ਮਿੰਟ ਇਹਨੂੰ ਆਪਾਂ ਪਕਾ ਲਵਾਂਗੇ। ਹੁਣ ਇਹਨੂੰ ਆਪਾਂ ਢੱਕ ਕੇ ਪਕਾਉਂਦੇ ਹਾਂ। ਇੱਥੇ ਆਪਣਾ ਤੁਸੀਂ ਨਮਕ ਚੈੱਕ ਕਰ ਲਓ, ਜੇ ਤੁਹਾਨੂੰ ਘੱਟ ਲੱਗੇ ਤੁਸੀਂ ਐਡ ਕਰ ਸਕਦੇ ਹੋ। ਇਹਦੇ ਵਿੱਚ ਮੈਂ ਅੱਧੀ ਕੌਲੀ ਦੇ ਆਸ ਪਾਸ ਪਾਣੀ ਪਾਇਆ ਅਤੇ ਹੁਣ ਇਹਨੂੰ ਆਪਾਂ ਢੱਕ ਕੇ ਮੀਡੀਅਮ ਫਲੇਮ 'ਤੇ ਪਕਾ ਲਵਾਂਗੇ। ਆਹ ਦੇਖੋ ਢਾਬਾ ਸਟਾਈਲ ਆਪਣੀ ਭੁਰਜੀ ਬਣ ਕੇ ਬਿਲਕੁਲ ਰੈਡੀ ਹੈ। 5-7 ਮਿੰਟ ਇਹਨੂੰ ਪਕਾ ਕੇ ਫਿਰ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ। ਆਹ ਦੇਖੋ ਜੀ ਆਪਣੀ ਪਨੀਰ ਦੀ ਭੁਰਜੀ ਕਿੰਨੀ ਸੋਹਣੀ ਬਣੀ ਹੈ, ਦੇਖੋ ਬਿਲਕੁਲ ਢਾਬਾ ਸਟਾਈਲ। ਕਲਰ ਦੇਖੋ ਕਿੰਨਾ ਸੋਹਣਾ ਆਇਆ ਅਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ। ਬਸ 2-4 ਮਿੰਟ ਇਹਨੂੰ ਮੀਡੀਅਮ ਫਲੇਮ 'ਤੇ ਪਕਾਵਾਂਗੇ ਅਤੇ ਫਿਰ ਆਪਾਂ ਕਰਦੇ ਹਾਂ ਜੀ ਇਹਨੂੰ ਸਰਵ। ਲਓ ਜੀ ਆਪਣੀ ਪਨੀਰ ਦੀ ਭੁਰਜੀ ਬਣ ਕੇ ਬਿਲਕੁਲ ਰੈਡੀ ਹੈ। ਆ ਦੇਖੋ ਕਿੰਨੀ ਸੋਹਣੀ ਬਣੀ ਹੈ, ਕਲਰ ਦੇਖੋ ਕਿੰਨਾ ਸੋਹਣਾ ਆਇਆ, ਖੁਸ਼ਬੂ ਬਹੁਤ ਵਧੀਆ ਆ ਰਹੀ ਹੈ। ਹੁਣ ਇੱਥੇ ਆਪਾਂ ਪਾਵਾਂਗੇ ਥੋੜ੍ਹਾ ਬਟਰ, ਨਾਲ ਇਹ ਕੱਟਿਆ ਹੋਇਆ ਬਰੀਕ ਧਨੀਆ। ਗੈਸ ਬੰਦ ਕਰਕੇ 2 ਮਿੰਟ
ਢੱਕ ਦਾਂਗੇ ਤੇ ਫਿਰ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ। ਆਪਣੀ ਢਾਬਾ ਸਟਾਈਲ ਪਨੀਰ ਦੀ ਭੁਰਜੀ ਬਣ ਕੇ ਬਿਲਕੁਲ ਰੈਡੀ ਹੈ। ਆਹ ਦੇਖੋ ਜੀ ਕਿੰਨੀ ਸੋਹਣੀ ਲੱਗ ਰਹੀ ਹੈ, ਕਲਰ ਦੇਖੋ ਤੁਸੀਂ ਕਿੰਨਾ ਸੋਹਣਾ ਆਇਆ ਹੈ ਅਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜੀ ਇਹਦਾ ਟੇਸਟ ਕਿਵੇਂ ਦਾ ਬਣੀ ਹੈ। ਆਪਣੀ ਪਨੀਰ ਦੀ ਭੁਰਜੀ ਇਹਦੇ ਨਾਲ ਬਣਾਈ ਹੈ ਜੀ ਆਪਾਂ ਸਿੰਪਲ ਪਰੌਂਠੀ। ਬਹੁਤ ਜ਼ਿਆਦਾ ਟੇਸਟੀ ਬਣੀ ਹੈ, ਖਾ ਕੇ ਮਜ਼ਾ ਹੀ ਆ ਗਿਆ। ਇਹ ਸੀ ਮੇਰੀ ਪਨੀਰ ਦੀ ਭੁਰਜੀ ਦੀ ਰੈਸਪੀ। ਤੁਸੀਂ ਵੀ ਇਸ ਰੈਸਪੀ ਨੂੰ ਆਪਣੇ ਘਰ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।